Hello. Hello. Hello.
ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਡੰਡੋਤ ਬੰਦਨ ਅਨਿਕ ਪਾਰ ਸਰਬ ਕਲਾ ਸਮਰਥ ਡੋਲਣ ਦੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਪਾਕਠੜੇ ਹਰ ਸੰਤ ਤੁਮਾਰੇ ਜਿਨ ਕਾ ਤਨ ਹਰ ਨਾਮਾ ਪ੍ਰਵਾਨ ਗਣੀ ਸੇ ਇਹ ਆਏ ਸਫਲ ਤਿਨਾ ਕੇ ਕਾਮਾ ਪੱਖਾ ਫੇਰਾ ਪਾਣੀ ਢੋਵਾ ਹਰ ਜਨ ਕੇ ਪੀਸਨ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬੇਨਤੀ ਤੇਰੇ ਜਨ ਦੇਖਣ ਪਾਵਾਂ ਹਰ ਜਨ ਕੇ ਹੋਂ ਬਲ ਜਾਈ ਹਰ ਜਨ ਕੇ ਹੋਂ ਬਲ ਜਾਈ ਮੇਰੇ ਰਾਮ ਹਰ ਜਨ ਕੇ ਹੋਂ ਬਲ ਜਾਈ ਮੇਰੇ ਰਾਮ ਮੇਰੇ ਰਾਮ ਹਰ ਜਨ ਕੇ ਹੋਂ ਬਲ ਜਾਈ ਮੇਰੇ ਰਾਮ ਮੇਰੇ ਰਾਮ ਹਰ ਜਨ ਕੇ ਹੋਂ ਬਲ ਜਾਈ ਮੇਰੇ ਰਾਮ ਮੇਰੇ ਰਾਮ ਹਰ ਜਨ ਕੇ ਹੋਂ ਬਲ ਜਾਈ ਮੇਰੇ ਰਾਮ ਮੇਰੇ ਰਾਮ ਵਾਹਿਗੁਰੂ 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 ਵਾਹਿਗੁਰੂ
Vaheguru 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 Nemeswar Vaheguru 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 ji main kesan da chavar chulawa ਰੱਬਾ ਤੇਰੇ ਪਿਆਰਿਆਂ ਤੋਂ ਜੀ ਮੈਂ ਕਿਸਾਂ ਦਾ ਚਬਰ ਚੁਲਾਵਾ ਰੱਬਾ ਤੇਰੇ ਪਿਆਰਿਆਂ ਤੋਂ ਜੀ ਮੈਂ ਕਿਸਾਂ ਦਾ ਚਬਰ ਚੁਲਾਵਾ ਰੱਬਾ ਤੇਰੇ ਪਿਆਰਿਆਂ ਤੋਂ ਜੀ ਮੈਂ ਕਿਸਾਂ ਦਾ ਚਬਰ ਮੈਂ ਕਿਸਾਂ ਦਾ ਚਬਰ ਚੁਲਾਵਾਂ ਚਬਰ ਚੁਲਾਵਾਂ ਰੱਬਾ ਤੇਰੇ ਜੀ ਪਿਆਰਿਆਂ ਤੋਂ ਰੱਬਾ ਤੇਰੇ ਹੋ ਪਿਆਰਿਆਂ ਤੋਂ ਰੱਬਾ ਤੇਰੇ ਜੀ ਪਿਆਰਿਆਂ ਤੋਂ ਰੱਬਾ ਤੇਰੇ ਹੋ ਪਿਆਰਿਆਂ ਤੋਂ ਰੱਬਾ ਤੇਰੇ ਜੀ ਪਿਆਰਿਆਂ ਤੋਂ ਰੱਬਾ ਤੇਰੇ ਹੋ ਪਿਆਰਿਆਂ ਤੋਂ ਰੱਬਾ ਤੇਰੇ ਜੀ
ਬਾਬਾ ਤੇਰੇ ਹੋ ਪਿਆਰਿਆਂ ਤੋਂ ਓ ਰੱਬਾ ਤੇਰੇ ਜੀ ਪਿਆਰਿਆਂ ਤੋਂ ਰੱਬਾ ਤੇਰੇ ਹੋ ਪਿਆਰਿਆਂ ਤੋਂ ਓ ਰੱਬਾ ਤੇਰੇ ਜੀ ਪਿਆਰਿਆਂ ਤੋਂ ਰੱਬਾ ਤੇਰੇ ਹੋ ਪਿਆਰਿਆਂ ਤੋਂ ਜੀ ਮੈਂ ਕਿਸਾਂ ਦਾ ਚਬਰ ਤੁਲਾਵਾਂ ਰੱਬਾ ਤੇਰੇ ਪਿਆਰਿਆਂ ਤੋਂ ਜੀ ਮੈਂ ਕਿਸਾਂ ਦਾ ਚਬਰ ਤੁਲਾਵਾਂ ਰੱਬਾ ਤੇਰੇ ਪਿਆਰਿਆਂ ਤੋਂ ਜੀ ਮੈਂ ਕਿਸਾਂ ਦਾ ਚਬਰ ਤੁਲਾਵਾਂ ਰੱਬਾ ਤੇਰੇ ਪਿਆਰਿਆਂ ਤੋਂ ਜੀ ਮੈਂ ਕਿਸਾਂ ਦਾ ਚਬਰ ਤੁਲਾਵਾਂ ਰੱਬਾ ਤੇਰੇ ਪਿਆਰਿਆਂ ਤੋਂ ਜੀ ਮੈਂ ਕਿਸਾਂ ਦਾ ਚਬਰ ਤੁਲਾਵਾਂ ਰੱਬਾ ਤੇਰੇ ਪਿਆਰਿਆਂ ਸਾਦਾ ਚਬਰ ਚਲਾਵਾ ਤੇਰੇ ਪਿਆਰਿਆਂ ਤੋਂ ਭਾਗ ਖੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ ਪ੍ਰਵਾਨ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕਾਮਾ ਮੇਰੇ ਰਾਮ ਹਰ ਜਨ ਕੈ ਹੋ ਬਲ ਕੇਸਾਂ ਕਾ ਕਰ ਚਬਰ ਤੁਲਾਵਾਂ ਚਰਨ ਤੋੜ ਮੁਖ ਲਾਈ ਪੱਖਾਂ ਫੇਰਾਂ ਪਾਣੀ ਢੋਵਾ ਹਰ ਜਨ ਕੇ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬੇਨੰਤੀ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾ ਨਾਨਕ ਕੀ ਪ੍ਰਭ ਪਾਸ ਬੇਨੰਤੀ ਜੁਗੋ ਜੁਗ ਅਟਲ ਸਾਰੇ ਹੀ ਧਰਮਾਂ ਦੇ ਸਾਂਝੇ ਰਹਿਬਰ ਨਾਮ ਬਾਣੀ ਦੇ ਬੋਹਿਥ ਕਲ ਯੁਗ ਦੇ ਜਹਾਜ਼ ਧੰਨ 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 ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਚਰਨਾਂ ਵਿੱਚ ਜੁੜ ਬੈਠੇ ਸਨਮਾਨਯੋਗ ਸਤਸੰਗੀਓ ਆਓ ਇਕਾਗਰਤਾ ਬਣਾਓ ਪ੍ਰੇਮ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੁੜ ਕੇ ਬੈਠੀਏ ਸਾਹਿਬ ਫਰਮਾਨ ਕਰਦੇ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰੂ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ ਵਿਧੀ ਹੈ ਸੰਗਤ 'ਚ ਬਹਿਣ ਦੀ ਜਿਵੇਂ ਕੋਈ ਬੱਚਾ ਸਕੂਲ ਜਾਂਦਾ ਪੜ੍ਹਾਈ ਕਰਦਾ ਟੀਚਰ ਦੱਸਦੀ ਹੈ ਵੀ ਇਸ ਤਰੀਕੇ ਨਾਲ ਪੜ੍ਹਨਾ ਇਸ ਤਰੀਕੇ ਨਾਲ ਸੰਗਤ ਵਿੱਚ ਬਹਿਣਾ ਕਿਵੇਂ ਬਹਿਣਾ ਕਿਵੇਂ ਪੜ੍ਹਨਾ ਸਿਰ ਨੀਚੇ ਕਰਕੇ ਨਹੀਂ ਪੈਣਾ ਟੇਢੇ ਹੋ ਕੇ ਨਹੀਂ ਬਹਿਣਾ ਗੱਲਾਂ ਨਹੀਂ ਕਰਨੀਆਂ ਇਹ ਸਭ ਗੱਲਾਂ ਹਦਾਇਤਾਂ ਟੀਚਰ ਸਮਝਾਉਂਦੀ ਹੈ ਸੋ ਸਤਿਗੁਰੂ ਜੀ ਕਹਿੰਦੇ ਨੇ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰੂ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ ਸੋ ਆਓ ਵਿਚਾਰ ਨੂੰ ਆਰੰਭ ਕਰੀਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਨਵਾਓ ਸਾਰੇ ਹੀ ਮਾਈ ਔਰ ਭਾਈ ਪ੍ਰੇਮੀ ਜਨ ਜਿੰਨੇ ਵੀ ਬੈਠੇ ਹੋ ਆਓ ਫਤਿਹ ਦਾ ਸਿਮਰਨ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੇਹਰ ਸੱਚੇ ਪਾਤਸ਼ਾਹ ਜੀ ਦੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੋਈ ਹੈ ਚਾਰ ਪ੍ਰਕਾਰ ਦੀ ਕਿਰਪਾ ਆਓ ਸਾਰੇ ਗੁਰਬਾਣੀ ਦੇ ਸਿਧਾਂਤ ਸਤਿਗੁਰ ਸੱਚੇ ਪਾਤਸ਼ਾਹ ਦੇ ਦੱਸੇ ਅਨੁਸਾਰ ਸੰਗਤ ਵਿੱਚ ਜੁੜ ਕੇ ਬੈਠੀਏ
ਪਹਿਲੇ ਹਿੱਸੇ 'ਚ ਦਾਸ, ਫਿਰ ਸਾਰੇ ਵੀਰ, ਫਿਰ ਸਾਰੀਆਂ ਭੈਣਾਂ, ਪਿਆਰ ਨਾਲ ਧਾਰਨਾ 'ਚ ਪੜੋ, ਰੋਲੇ ਤੋਂ ਸੰਕੋਚ, ਇਕਾਗਰਤਾ ਬਣਾ ਕੇ ਰਹਿਣਾ ਜੇ ਕੋਈ ਵੀ ਥੋੜ੍ਹਾ ਜਿਹਾ ਸਮਾਂ ਆਪਣੇ ਕੋਲ ਹੈ, ਆਓ ਸਾਰੇ ਗੱਜ ਕੇ ਕੰਨੀ ਸੁਣੀਏ ਗੁਰਾਂ ਦੀ ਹੀ ਬਾਣੀ ਜਪਾ ਨਾਲ ਨਾਮ ਜਪੀਏ ਕੰਨੀ ਸੁਣੀਏ ਗੁਰਾਂ ਦੀ ਬਾਣੀ ਜਪਾ ਨਾਲ ਨਾਮ ਜਪੀਏ ਨਾਲ ਨਾਮ ਜਪੀਏ ਕੰਨੀ ਸੁਣੀਏ ਗੁਰਾਂ ਦੀ ਬਾਣੀ ਨਾਲ ਨਾਮ ਜਪੀਏ ਕੰਨੀ ਸੁਣੀਏ ਗੁਰਾਂ ਦੀ ਬਾਣੀ ਨਾਲ ਨਾਮ ਜਪੀਏ ਕੰਨੀ ਸੁਣੀਏ ਗੁਰਾਂ ਦੀ ਬਾਣੀ ਗੁਰਾਂ ਦੀ ਬਾਣੀ ਜੇਬਾ ਨਾਲ ਨਾਮ ਜਪੀਏ ਕੰਨੀ ਸੁਣੀਏ ਗੁਰਾਂ ਦੀ ਬਾਣੀ ਜੇਬਾ ਨਾਲ ਨਾਮ ਜਪੀਏ ਕੰਨੀ ਸੁਣੀਏ ਕੰਨੀ ਸੁਣੀਏ ਗੁਰਾਂ ਦੀ ਬਾਣੀ ਜਪਾ ਨਾਲ ਨਾਮ ਜਪੀਏ ਕੰਨੀ ਸੁਣੀਏ ਗੁਰਾਂ ਦੀ ਬਾਣੀ ਜਪਾ ਨਾਲ ਨਾਮ ਜਪੀਏ ਕੰਨੀ ਸੁਣੀਏ ਗੁਰਾਂ ਦੀ ਬਾਣੀ ਜਪਾ ਨਾਲ ਨਾਮ ਜਪੀਏ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰਨਾਓ ਨੇਤਰੀ ਸਤਿਗੁਰ ਦੇਖਣਾ ਗਵੜੀ ਸੁਣਨਾ ਗੁਰਨਾਓ ਅੰਤਰ ਗੁਰ ਆਰਾਧਨਾ ਹਿਰਦੇ ਚ ਸਤਿਗੁਰ ਸੱਚੇ ਪਾਤਸ਼ਾਹ ਦਾ ਧਿਆਨ ਜੇਵਾ ਰਸਨਾ ਦੇ ਨਾਲ ਗੁਰਸ਼ਬਦ ਵਿੱਚ ਬੋਲਣਾ ਅੱਖਾਂ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਕਰਨੇ ਨੇ ਔਰ ਕੰਨਾਂ ਦੇ ਨਾਲ ਬਾਣੀ ਸੁਣਨੀ ਹੈ ਚਾਰ ਪ੍ਰਕਾਰ ਦੀ ਕਿਰਪਾ ਹੈ ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਕਿਉਂਕਿ ਸੱਚੇ ਪਾਤਸ਼ਾਹ ਦੇ ਹੁਕਮ ਤੋਂ ਬਿਨਾਂ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਸਾਨੂੰ 84 ਲੱਖ ਜੁਨਾਂ ਵਿੱਚ ਭੱਜਦੇ ਫਿਰਦੇ ਭੁਗਤਦੇ ਭੁਗਤਦੇ ਮਹਾਰਾਜ ਕਹਿੰਦੇ ਫਿਰਤ ਫਿਰਤ ਬਹੁਤ ਤੇਜ ਉਘਾਰਿਓ ਮਾਨਸ ਦੇਹ ਲਹੀ ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ ਬਹੁਤ ਯੁੱਗ ਹੋ ਗਏ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਿਤੇ ਕੀੜਿਆਂ ਮਕੌੜਿਆਂ ਦੇ ਵਿੱਚ ਕਿਤੇ ਨਾਗ ਕੁੱਲੀ ਮਹਿ ਆਏ ਕਿਤੇ ਪੰਖ ਉਡਾਏ ਕਿਤੇ ਢਿੱਡ ਦੇ ਭਾਰ ਤੁਰਿਆ 84 ਲੱਖ ਜੁਨਾਂ ਨੇ ਜਿਨ੍ਹਾਂ ਵਿੱਚੋਂ ਸਭ ਤੋਂ ਭੈੜੀ ਜੂਨ ਜਾਂ ਨਖਿੱਦ ਜੂਨੀ ਗੁਰੂ ਘਰ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ ਸੱਪ ਨੂੰ ਕਹਿੰਦੇ ਹੈ ਭਾਈ ਸਾਹਿਬ ਕਹਿੰਦੇ ਇੱਕ ਤੇ ਰੰਗ ਕਾਲਾ ਦੂਜਾ ਤੁਰਨਾ ਢਿੱਡ ਦੇ ਭਾਰ ਤੇ ਤੀਸਰਾ ਅੰਦਰ ਜ਼ਹਿਰ ਹੈ ਤੇ ਕਹਿੰਦੇ ਇੱਕ ਸੱਪ ਨੂੰ ਜੇ ਆਪਾਂ ਡਰਾਈਏ ਜਾਂ ਮਾਰਨ ਦਾ ਯਤਨ ਕਰੀਏ ਭਾਵੇਂ ਕਿ ਜੌਨ ਬੜੀ ਭੈੜੀ ਹੈ
ਪਰ ਆਪਣੀ ਜਾਨ ਉਹ ਸੱਪ ਨੂੰ ਵੀ ਪਿਆਰੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨੂੰ ਵੀ ਆਪਣੀ ਜਾਨ ਬਹੁਤ ਪਿਆਰੀ ਹੈ। ਉਸ ਤੋਂ ਬਾਅਦ ਪਸ਼ੂਆਂ ਦੇ ਵਿੱਚੋਂ ਬਚਨ ਕਰਦੇ ਹਾਥੀ ਦਾ, ਤੇ ਲੰਘਦੇ ਲੰਘਦੇ 84 ਲੱਖ ਜੁਨਾਂ ਨੇ ਪਿਆਰਿਓ ਭਾਗਾਂ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ ਹੈ। ਪਹਿਲੀ ਕਿਰਪਾ, ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਜਨਮ ਮਿਲਦਾ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਮਾਤ ਲੋਕ ਵਿੱਚ। ਇੱਥੇ ਆਉਣਾ, ਮਹਾਰਾਜ ਕਹਿੰਦੇ ਪ੍ਰਾਣੀ ਤੂੰ ਆਇਓ ਲਾਹਾ ਲੈਣ, ਹੁਣ ਵੱਤ ਲੱਗ ਗਈ। ਹੁਣ ਵੱਤ ਲੱਗੀ ਨਾਮ ਨਹੀਂ ਬੀਜਦਾ, ਅੱਗੇ ਭੁੱਖਾ ਕਿਆ ਖਾਏਗਾ। ਹੁਣ ਵੱਤ ਲੱਗੀ ਨਾਮ ਨਹੀਂ ਬੀਜਦਾ, ਅੱਗੇ ਭੁੱਖਾ ਕਿਆ ਖਾਏਗਾ। ਕਿਆ ਖਾਏਗਾ ਮੇਰੇ ਪਿਆਰੇ, ਅੱਗੇ ਭੁੱਖਾ ਕਿਆ ਖਾਏਗਾ ਪਿਆਰੇ ਜੀ, ਅੱਗੇ ਭੁੱਖਾ ਕਿਆ ਖਾਏਗਾ। ਹੁਣ ਵੱਤ ਲੱਗੀ ਨਾਮ ਨਹੀਂ ਉਹ ਬੀਜਦਾ, ਅੱਗੇ ਭੁੱਖਾ ਕਿਆ ਖਾਏਗਾ ਲੱਗੀ ਨਾਮ ਨਹੀਂ ਉਹ ਬੀਜਦਾ, ਅੱਗੇ ਭੁੱਖਾ ਕਿਆ ਖਾਏਗਾ। ਹੁਣ ਵੱਤ ਲੱਗੀ ਨਾਮ ਨਹੀਂ ਉਹ ਬੀਜਦਾ, ਅੱਗੇ ਭੁੱਖਾ ਕਿਆ ਪੁਕਾ ਕਿਆ ਖਾਏਗਾ। ਹੁਣ ਵੱਤ ਲੱਗੀ ਨਾਮ ਨਹੀਂ ਉਹ ਬੀਜਦਾ, ਅੱਗੇ ਪੁਕਾ ਕਿਆ ਖਾਏਗਾ। ਹੁਣ ਵੱਤ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਕੀ ਖਾਏਗਾ ਫੇਰ। ਨਾਮ ਜਪਣ ਵਾਸਤੇ ਪਹਿਲੀ ਕਿਰਪਾ ਸਾਡੇ ਤੇ ਹੋਈ, ਅਕਾਲ ਪੁਰਖ ਵਾਹਿਗੁਰੂ ਦੀ ਮਾਤ ਲੋਕ ਚ ਜਨਮ ਮਿਲਿਆ। ਇਹ ਤੋਂ ਬਾਅਦ ਦੂਸਰੀ ਕਿਰਪਾ ਮਾਤਾ ਪਿਤਾ ਦੀ ਹੈ। ਮਾਤਾ ਪਿਤਾ ਦੀ ਕਿਰਪਾ ਹੁੰਦੀ ਹੈ ਫਿਰ ਚੰਗਾ ਰਹਿਣ ਸਹਿਣ, ਚੰਗੀ ਵਿੱਦਿਆ, ਚੰਗਾ ਅਦਾਇਰਾ, ਚੰਗੀ ਪੜ੍ਹਾਈ, ਉੱਠਣ ਬੈਠਣ ਦਾ ਪਤਾ ਲੱਗਦਾ। ਇਹ ਦੂਸਰੀ ਕਿਰਪਾ ਜਿਹੜੀ ਸਾਡੇ ਸਾਰਿਆਂ 'ਤੇ ਹੈ। ਇਸ ਤੋਂ ਮਗਰੋਂ ਤੀਸਰੀ ਕਿਰਪਾ ਜਿਹੜੀ ਗੁਰਮੁਖੋ, ਤੀਸਰੀ ਕਿਰਪਾ ਪੂਰੇ ਸਤਿਗੁਰ ਦੀ ਹੈ। ਪੂਰਾ ਸਤਿਗੁਰੂ ਜਿਹਨੂੰ ਮਹਾਰਾਜ ਕਹਿੰਦੇ ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਕਿਰਪਾ ਤੀਸਰੀ ਪੂਰੇ ਸਤਿਗੁਰ ਦੀ ਹੈ। ਜਿਵੇਂ ਥਾਂ ਪਰ ਥਾਂ ਕੀਰਤਨ ਸਮਾਗਮ ਜਾਂ ਅੰਮ੍ਰਿਤ ਸੰਚਾਰ ਹੁੰਦੇ ਹੈ, ਹੋਕਾ ਲਾਇਆ ਜਾਂਦਾ ਆਓ ਭਾਈ ਸਿੰਘ ਸਜੋ, ਜਿਹੜੇ ਲਾਭ ਲੈਂਦੇ ਨੇ ਪੂਰਾ ਸਤਿਗੁਰ ਤਾਂ ਕਿਰਪਾ ਕਰ ਰਹੇ ਹੈ, ਪਰ ਹੁਣ ਲਾਭ ਤਾਂ ਅਸੀਂ ਆਪ ਹੀ ਲੈਣਾ, ਉੱਠਣਾ ਤਾਂ ਅਸੀਂ ਆਪ ਹੀ ਹੈ।
आप उठना पेगा, उद्यम करना पेगा। जे असी आप नहीं उठते तो कही साढ़े ते सतगुरु की कृपा नहीं। जिमें कई कह देंगे मैं ते जी अमर छकांगा जदों कृपा होएगी, जदों मेहर होएगी। पर प्यारियो ठीक शरीर भाव जिस देही दे हाथ पैर चलते होन, कन सुनते होन, अखां वेखदियां होन, ओ निशानी है भी तेनू सतगुरु ने नाम जपन वास्ते भेजिया। कई कर्मां दे बन्ने ऐसे भी आउंदे ने जिन्हां दा संसार ते आके हालत कुछ ऐसी हुंदी है कि आए ते चले गए, नित लखां ही जम्मन ते मरन इत्थे। पैदा कदे ही हुंदा इंसान कोई, देश कौम ते धर्म दी अणख बदले, वार जांदा ए सूरमा जान कोई। लखां ही जम्मदे ने जिथे रोज़ हजार जम रहा, उत्थे रोज़ 1200 मर भी रहा। वाहिगुरु की चलाई हुई सृष्टि है। अकाल पुरख ने कृपा की जन्म मिलया, माता पिता ने कृपा की पढ़ाई मिली, चंगा रहन सहन मिलया, पूरे सतगुरु की भी आवाज़ पै रही है तो असी आप नहीं उठते क्यों? कृपा तो सतगुरु कर रहे हैं, तीन कृपा पूरियां ने, ते चौथी है साढ़े ते अपनी आप की कृपा। अपने ते आप की कृपा भी होनी चाहिए है। जे अपनी कृपा ना हुई तो सतगुरु साचा क्या करे, जा सिखा मह। सतगुरु साचा क्या करे, 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 जा सिखा मह चूक सतगुरु साचा क्या कर, सतगुरु साचा क्या कर, जा सिखा मह चूक सतगुरु साचा सतगुरु साचा क्या कर। अंधे एक ना लग गई, 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 अंधे एक ना लग गई। जो बांस बजाइए फूक सतगुरु साचा क्या करे, सतगुरु साचा क्या करे, जा सिखा मैं सतगुर साचा क्या करे, जा सिखा मह चूक। इत्थे सिख च कमी है। धन गुरु गोबिंद सिंह साहब महाराज सच्चे पातशाह सिख बैठा सतगुरां दे चरणां च। सिक्का एक खोटा दिता, कहिंदे जा ए सिक्का लै जा, तो इस सिक्के की वरतों कर, तो इहदा मुल देख किन्ना। सिख गया सारे किते घूमया, पर किसे ने वो सिक्का ना लिया, ना उहदा कुछ मिल सकिया, ना उहदी कोई वस्तु आई। आके लगा कहण महाराज ये नहीं चलेगा। महाराज कहिंदे क्यों? कहिंदा महाराज ये सिक्का खोटा है। महाराज कहिंदे सिक्का फिर की होया खोटा है? सिक्का तो सिक्का है, भावें खोटा होवे भावें खरा होवे। ते उस वेले सिख कहिंदा महाराज इहदे ते सरकार दी मोर नहीं। जेड़े सिक्के ते सरकार दी मोर नहीं ना,
ਭਾਵੇਂ ਉਹ ਸੋਨੇ ਦਾ ਹੀ ਹੋਵੇ ਉਹ ਸਿੱਕਾ ਨਹੀਂ ਚੱਲ ਸਕਦਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਗੁਰਸਿੱਖੋ ਇਹ ਦੁਨੀਆ ਵੀ ਸਿੱਕਾ ਹੈ, ਦੁਨੀਆ 'ਚ ਚੱਲਣ ਵਾਲਾ ਸਿੱਕਾ ਹੈ, ਜਿੱਥੇ ਦੁਨੀਆ ਦੇ ਵਿੱਚ ਇੱਕ ਸਿੱਕਾ ਜਿਹਦੇ ਵਿੱਚ ਇੰਨੀ ਕੁ ਖੋਟ ਹੈ ਵੀ ਉਹਦੀ ਮੋਹਰ ਮਿਟ ਗਈ। ਦੁਨੀਆ ਦੇ ਵਿੱਚ ਇੱਕ ਸਿੱਕਾ ਜਿਹਦੀ ਮੋਹਰ ਮਿਟਦੀ ਹੈ ਉਹ ਕੰਮ ਨਹੀਂ ਕਰਦਾ। ਅਤੇ ਜਿਹੜਾ ਸਿੱਖ ਸਿੱਖੀ ਦੇ ਵਿੱਚ ਪੂਰਾ ਨਹੀਂ, ਗੁਰੂ ਦੀ ਦਰਗਾਹ ਵਿੱਚ ਉਹ ਆ ਨਹੀਂ ਸਕਦਾ, ਸਤਿਗੁਰੂ ਦੇ ਚਰਨਾਂ ਵਿੱਚ ਨਿਵਾਸ ਨਹੀਂ। ਡੱਲੇ ਨੇ ਕਿਹਾ ਸੀ ਮਹਾਰਾਜ ਨੂੰ, ਡੱਲੇ ਨੇ ਕਿਹਾ ਮਹਾਰਾਜ ਕਹਿੰਦੇ ਡੱਲਿਆ ਮੰਗ ਲਿਆ ਕੁਝ। ਡੱਲਾ ਕਹਿੰਦਾ ਮਹਾਰਾਜ ਮੰਗਣਾ ਕੀ ਹੈ, ਤੁਹਾਡੀ ਦਰਗਾਹ ਦੇ ਵਿੱਚ ਮੈਨੂੰ ਪੀੜ੍ਹੀ ਜਿੰਨੀ ਥਾਂ ਦੇ ਦਿਓ। ਡੱਲੇ ਨੇ ਕਿਹਾ ਮਹਾਰਾਜ ਮੰਗਣਾ ਕੀ ਹੈ, ਤੁਹਾਡੀ ਦਰਗਾਹ ਦੇ ਵਿੱਚ ਪੀੜ੍ਹੀ ਜਿੰਨੀ ਥਾਂ ਦੇ ਦਿਓ। ਮਹਾਰਾਜ ਕਹਿੰਦੇ ਡੱਲਿਆ ਇਹ ਨਹੀਂ ਮਿਲ ਸਕਦਾ, ਹੋਰ ਜੋ ਮਰਜ਼ੀ ਮੰਗ ਲੈ। ਡੱਲਾ ਕਹਿੰਦਾ ਮਹਾਰਾਜ ਹੋਰ ਕੀ ਮੰਗਾਂ। ਮਹਾਰਾਜ ਕਹਿੰਦੇ ਮਾਇਆ ਮੰਗ ਲੈ, ਧਨ ਮੰਗ ਲੈ, ਦੌਲਤ ਮੰਗ ਲੈ, ਜ਼ਮੀਨਾਂ, ਰਾਜ ਭਾਗ। ਡੱਲਾ ਕਹਿੰਦਾ ਸੱਚੇ ਪਾਤਸ਼ਾਹ ਇਹ ਤਾਂ ਸਭ ਝੂਠੀਆਂ ਚੀਜ਼ਾਂ ਨੇ, ਅਤੇ ਅਸਲ ਤਾਂ ਵਾਹਿਗੁਰੂ ਦਾ ਨਾਮ ਹੈ, ਜਾਂ ਤੁਹਾਡੀ ਦਰਗਾਹ ਹੈ, ਜਾਂ ਜਿੱਥੇ ਤੁਹਾਡਾ ਵਸ ਹੈ ਆਪ ਜੀ ਦਾ ਨਾਮ ਸੱਚਾ। ਮੇਰੇ 'ਤੇ ਕਿਰਪਾ ਕਰੋ, ਮੈਨੂੰ ਪੀੜ੍ਹੀ ਜਿੰਨੀ ਥਾਂ ਦਿਓ। ਮਹਾਰਾਜ ਕਹਿੰਦੇ ਇਹ ਨਹੀਂ ਮਿਲਣੀ। ਡੱਲਾ ਕਹਿੰਦਾ ਕਿਉਂ। ਮਹਾਰਾਜ ਕਹਿੰਦੇ ਡੱਲਿਆ ਜੇ ਦਰਗਾਹ 'ਚ ਥਾਂ ਚਾਹੀਦੀ ਹੈ ਭਾਵੇਂ ਮੰਜਾ ਡਾਹ ਕੇ ਬਹਿ ਜੀ, ਪਰ ਜਿੰਨਾ ਚਿਰ ਅੰਮ੍ਰਿਤ ਨਹੀਂ ਛਕਦਾ ਤੈਨੂੰ ਪੀੜ੍ਹੀ ਛੱਡ ਸੂਈ ਦੇ ਨੱਕੇ ਜਿੰਨੀ ਥਾਂ ਵੀ ਨਹੀਂ ਮਿਲਣੀ। ਮਹਾਰਾਜ ਕਹਿੰਦੇ ਜਿੱਥੇ ਮਰਜ਼ੀ ਜਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆ ਜਾਏ ਅਨੇਕ ਜੋਨੀ ਭਰਮ ਆਵੇ। ਅਤੇ ਮਹਾਰਾਜ ਕਹਿੰਦੇ ਪਰ ਮੁਕਤੀ ਨਹੀਂ ਮਿਲਦੀ। ਮੁਕਤੀ ਮਿਲੇ ਕਿਵੇਂਗੀ? ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰ ਦੇ ਚਰਨਾਂ ਦੀ। ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਪਰਾਂਦ, ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜਿਰਾਂਦ। ਹਰ ਸਮੇਂ ਵਾਹਿਗੁਰੂ ਦੇ ਨਾਲ ਜੁੜੇ ਰਹਿਣਾ। ਮੈਂ ਬੇਨਤੀ ਕੀਤੀ ਮੇਰੇ ਰਾਮ ਹਰ ਜਨ ਕੈ ਹੋਂ ਬਲ ਜਾਈ, ਕਿੰਨਾ ਮਾਣ, ਕਿੰਨਾ ਸਤਿਕਾਰ, ਕਿੰਨਾ ਕੁ ਪਿਆਰ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਣੀ ਵਿੱਚ ਸਤਿਗੁਰੂ ਜੀ ਪਿਆਰਿਆਂ ਨੂੰ ਦੇ ਰਹੇ ਨੇ। ਕਿੰਨੀ ਵਡਿਆਈ, ਕਿੰਨੀ ਸੋਭਾ, ਕੇਸਾਂ ਕਾ ਕਰ ਚਵਰ ਢੁਲਾਵਾਂ। ਇੱਥੇ ਕੇਸ ਸਿਰ ਦੇ ਵਾਲ, ਮਹਾਰਾਜ ਕਹਿੰਦੇ ਦੁਨਿਆਵੀ ਚੋਰ ਜਿਹੜਾ 500-700 ਦਾ ਲੈ ਲਿਆ ਉਹਨੂੰ ਵੀ ਛੱਡ ਕੇ ਆਪਣੇ ਕੇਸਾਂ ਦਾ ਚੋਰ ਰੱਬ ਦੇ ਪਿਆਰਿਆਂ ਤੋਂ ਕਰਾਂ। ਕਿੰਨੀ ਸੋਭਾ, ਚਰਨ ਧੂੜ ਮੁਖ ਲਾਈ, ਜਨਮ ਮਰਨ ਦੋਹੂ ਮਹਿ ਨਾਹੀ, ਜਨ ਪਾਰੀ ਉਪਕਾਰੀ ਆਏ। ਨਾ ਜੰਮਦੇ ਨੇ ਨਾ ਮਰਦੇ ਨੇ, ਜੀ ਦਾਨ ਦੇ ਭਗਤੀ ਲਾਇਣ, ਹਰ ਸਿਉ ਲੈਣ ਮਲਾਏ। ਜੀਵਾਂ ਨੂੰ ਭਗਤੀ ਨਾਲ ਲਾ ਕੇ ਹਰੀ ਨਾਲ ਜੋੜਦੇ ਨੇ, ਪਰ ਉਹ ਪਿਆਰ ਨਾਲ ਸਾਰੇ। ਜੀ ਦਾਨ ਦੇ ਕੇ ਭਗਤੀ ਸਾਧੂ ਲਾਉਂਦੇ ਨੇ, ਰੱਬ ਨਾਲ ਮਿਲਣ ਜੀਵਾਂ ਨੂੰ। ਜੀ ਦਾਨ ਦੇ ਕੇ ਭਗਤੀ ਸਾਧੂ ਲਾਉਂਦੇ ਨੇ, ਰੱਬ ਨਾਲ ਮਿਲਣ ਜੀਵਾਂ ਨੂੰ। ਉਹ ਜੀ ਦਾਨ ਦੇ ਕੇ ਭਗਤੀ ਸਾਧੂ ਲਾਉਂਦੇ ਨੇ, ਰੱਬ ਨਾਲ ਸਾਧੂ ਲਾਉਂਦੇ ਨੇ, ਜੀ ਦਾਨ ਦੇ ਕੇ ਭਗਤੀ ਸਾਧੂ ਲਾਉਂਦੇ ਨੇ, ਰੱਬ ਨਾਲ ਮਿਲਣ ਜੀਵਾਂ ਨੂੰ। ਜੀ ਦਾਨ ਦੇ ਕੇ ਭਗਤੀ ਸਾਧੂ ਲਾਉਂਦੇ ਨੇ, ਜੀ ਰੱਬ ਨਾਲ ਮਿਲਣ ਜੀਵਾਂ ਨੂੰ। ਜੀ ਦਾਨ ਦੇ ਭਗਤੀ ਲਾਇਣ,
कैसी कृपा करते ने संत महाराज जी, धन महापुरख श्रीमान संत बाबा ईश्वर सिंह जी महाराज राड़ा साहब वाले, आप जी दे चरणा विच बहुत संगता बैठी है, कुर्सी लगी है, सहज सुभाई महापुरख बचन कर रहे ने, प्यारियो नाम जपो, सेवा करो, सिमरन करो, भजन करो, गुरु दे लड़ लगो। ते बचन करते करते एकदम बचन कर गए, कहंदे मन नू भुल के भी माड़े ख्यालां वाले पासे ना जान दिओ, सिमरन करते हुए ते बिल्कुल ध्यान रखो। एक सिंह विच बैठा है, वह उठ के लगा कहण, जिहदी बिरती हले आस्तक नहीं नास्तक है, वह नहीं मनदा फकीरां नू। संत महाराज लगे कहण, भाई भुल के भी माड़े पासे मन नू ना जान दिओ। वह लगा कहण, कहंदा बाबे, विच उठ के बोलिया, सानू सिख्या दिना, तेरा मन कदी माड़े पासे नहीं गया, तू भी जवानी चो लंघे है, दूजिया नू ही सिखा दे जन्ना, सानू ही समझाई जन्ना, तेरा मन तो नहीं कदी माड़े पासे गया। महापुर कहंदे, प्रेमिया, तेरे इस सवाल का जवाब असी अज तो सत्तवें दिन दवांगे, सत्तवें दिन दवांगे। कहिंदा कोई नहीं, सत्तवें दिन देख लांगे की कहोगे। फिर महापुरख उठे, मैं बेनती कर रहा जी दान दे भगती लायण। आप जी उठे, तुरन लगे, जांदे नू आवाज मारी, कहिंदे सिंगा गल सुन, साडी कॉल आया है। महापुर कहिंदे, तेरे सवाल दा जवाब असी सत्तवें दिन दवांगे, ते ध्यान रखी सत्तवें नू सत्तां दिनां च तेरी मौत भी हो जानी है, तेरी मौत हो जानी सत्तां दिनां च। हुण जदों मौत सुनी, भुल गया सब कुछ, हुण नहीं याद रहा पकौड़े कचौरियां, जो गल्लां दुनिया दियां स्वाद, दुनिया दे रंग ने सब भुल गए। घर गया, घर वाली कहंदी प्रशादा, कहंदा भुल जा हुण प्रशादे नू, जिंदगी खा के ही कढ़ती। थोड़ी देर नू कहंदी, जी तुसी हुण पै जाओ, कहंदा सुते ही जीवन कढ़ता, नाम जप लां मैं थोड़ा। गिणती सामने आ गई, कहंदा संतां ने कहा मेरे कोल सिर्फ एक हफ्ता नाम जपण नू, ते मैं नहीं कुछ भी नहीं कीता, प्रशादा भी भुल गया, सिर्फ नाम वल ध्यान जुड़िया, हुण पता है भी अगे काम ही आना है। उत्थे हथ ना अपड़ै, कूक ना सुने पुकार, ते महाराज कहंदे उत्थे सतगुर बेली होए, कढ ले अंत बार, उत्थे सतगुर रखदा है। सुखमणि साहब का पाठ तुसी कीता है, ते विचे सवाल का जवाब सी, महाराज कहंदे जह मार्ग के गने जाहे ना कोसा, हर का नाम उहा संग तोसा। महापुरख सत्तवां दिन होया, आया महापुरखां कोल, महापुरखां ने बुलाया, कहंदे सिंगा गल सुन प्रेमिया, कहंदे तू सवाल कीता सी जवाब नहीं लैना। कहंदा हां जी महापुरखो, मेरा सवाल सी जवाब दिओ। महापुरख कहंदे तेरे सवाल दा जवाब ते असी दवांगे बाद चो, पहला साडा एक सवाल है उहदा जवाब तू दे। कहदा महाराज हुक्म, अज सत्कार पैदा हो गया, अज भावना पैदा हो गई, भावना पैदा होण दा, सत्कार पैदा होण दा कारण की है, पिछले सत दिन वाहगुरु करता रहा, सत दिन नाम जपता रहा, गल्लां करन वाले कह दिंदे ने बाबा दीप सिंह बिना सिर तो किवें लड़े, भाई मती दास दे सिर ते आरा किवें चलिया, सब कहण दियां गल्लां ये भी कह दिंदे ने। पर प्यारिओ, कोई 40 दिन मूल मंत्र दियां चार चार माला भी करे ना रोज, ते सत्तवें दिने कह देगा नहीं बाबा दीप सिंह जी धन सी, आप मूह निकलेगा, भावना बन जांदी है फिर। जिन्हां दे अंदर सड़े ही पए ने, मन नूं पाणी नहीं दिता, शरीर नूं ओह पाल दे रहे, मन की परवाह ना की, फिर उन्होंने चेहरिया तो, उन्होंने बचना चो, फिर प्यारे प्रेम की गल नहीं होंगी, भावना उन्हों का राह नहीं होंगे।
महापुरखों के प्रेमिया गल सुन साढ़े सवाल का जवाब दे कहिंदा महाराज हुक्म महापुरख कहिंदे ये दस पिछले सत दिन किन्ना कु प्रशादा छके है कहिंदा बाबा जी प्रशादा मैनू तो इन्ना भी नहीं सी चेते भी कुछ खाना है कहिंदे घर परिवारों के बच्चों नाल किते गया बच्चों के किन्ना कु नेड़े रहा कहिंदा महाराज बच्चे आउंदे सी मैं कुंडी ला के बह गया सी मैनू नहीं कुछ चंगा लग्या महापुर कहिंदे किन्ना घूमदा रहा दस तेरा मन किते माड़े पासे गया कहिंदा बाबा जी जदों माला ही फड़ी रखनी है नाम जपियो जाना मन किवें माड़े पासे जांदा महापुर कहिंदे प्रेमिया आही तेरे सवाल दा जवाब है तू एक बार मौत चेते कीती है ते तेनू सत दिन रब दा नाम नहीं भुलिया रब दे प्यारे हर समय मौत नू याद रखदे ने ओह नहीं भुलदे कदे संत महाराज आप भी पढ़दे हुंदे हर दम रखिए याद वेला मरने दा हर दम रखिए याद वेला मरने दा ਭੁੱਲਣਾ ਚਾਹੀਦਾ ਮਹਾਂਪੁਰਖਾਂ ਨੂੰ ਕਹਿੰਦਾ ਮਹਾਰਾਜ ਮੈਂ ਸਮਝ ਗਿਆ ਹੁਣ ਹੱਥ ਪੈਰ ਕੰਬਦੇ ਆ ਕਿਉਂ ਦਿਨ ਵੀ ਸੱਤਵਾਂ ਹੱਥ ਪੈਰ ਕੰਬਦੇ ਨੇ ਕਹਿੰਦਾ ਬਾਬਾ ਜੀ ਹੁਣ ਤੁਸੀਂ ਬਚਨ ਕੀਤਾ ਕਿਰਪਾ ਕਰੋ ਮੈਨੂੰ ਮੁਕਤੀ ਉਹ ਦੇ ਦਿਓ ਪੈਰੀ ਪੈ ਗਿਆ ਤੁਸੀਂ ਬਚਨ ਕੀਤਾ ਮੈਨੂੰ ਸਮਝ ਪੈ ਗਈ ਕਿਰਪਾ ਕਰਿਓ ਮੈਨੂੰ ਮੁਕਤੀ ਉਹ ਬਖਸ਼ ਦਿਓ ਮਹਾਂਪੁਰਖ ਲੱਗੇ ਕਹਿਣ ਕਹਿੰਦੇ ਜੇ ਐਵੇਂ ਹੀ ਨਾਮ ਜਪਦਾ ਰਿਹਾ ਮੁਕਤੀ ਮਿਲ ਜਾਏਗੀ ਜੇ ਐਵੇਂ ਜਪਦਾ ਰਿਹਾ ਕਹਿੰਦਾ ਬਾਬਾ ਜੀ ਤੁਸੀਂ ਕਹਿੰਦੇ ਹੋ ਐਵੇਂ ਜਪਦਾ ਰਿਹਾ ਅੱਜ ਸੱਤਵਾਂ ਦਿਨ ਅੱਜ ਮੇਰੀ ਮੌਤ ਹੋ ਜਾਣੀ ਹੈ ਤੁਸੀਂ ਕਿਹਾ ਸੀ ਮਹਾਂਪੁਰਖ ਕਹਿੰਦੇ ਪ੍ਰੇਮੀਆਂ ਅਸੀਂ ਕਦੋਂ ਕਿਹਾ ਕਹਿੰਦਾ ਤੁਸੀਂ ਕਿਹਾ ਸੀ ਸੱਤਾਂ ਦਿਨਾਂ 'ਚ ਤੇਰੀ ਮੌਤ ਹੋ ਜਾਣੀ ਤੇ ਮਹਾਂਪੁਰਖਾਂ ਨੂੰ ਕਹਿੰਦਾ ਹੁਣ ਬਾਬੇ ਝੂਠ ਵੀ ਬੋਲਣ ਲੱਗ ਗਏ ਝੂਠ ਬੋਲਦੇ ਤੁਸੀਂ ਸੰਤ ਮਹਾਰਾਜ ਕਹਿੰਦੇ ਉਹ ਸੰਤ ਕਾਹਦਾ ਜਿਹੜਾ ਝੂਠ ਬੋਲੇ ਸੰਤ ਤੇ ਨਾਮ ਹੀ ਉਹਦਾ ਜਿਹਦਾ ਸੱਚ ਦੇ ਵਿੱਚ ਅੰਤ ਹੋ ਜਾਵੇ ਤੇ ਮਹਾਂਪੁਰਖ ਕਹਿੰਦੇ ਮੈਂ ਤੈਨੂੰ ਕਿਹਾ ਸੀ ਤੇਰੀ ਸੱਤਾਂ ਦਿਨਾਂ 'ਚ ਮੌਤ ਹੋਣੀ ਹੈ ਐਂ ਤਾਂ ਨਹੀਂ ਕਿਹਾ ਸੱਤਵੇਂ ਦਿਨ ਮੌਤ ਹੋਣੀ ਹੈ ਕਹਿੰਦੇ ਦੇਖ ਹਫ਼ਤੇ ਦੇ ਦਿਨੇ ਸੱਤ ਹੁੰਦੇ ਨੇ ਆਖੋ ਸਾਧਨਾ ਕਹਿੰਦੇ ਕਿਸੇ ਇੱਕ ਦਿਨ ਸੱਤਾਂ ਦਿਨਾਂ 'ਚੋਂ ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ ਕਿਸੇ ਇੱਕ ਦਿਨ ਤੇਰੀ ਮੌਤ ਹੋ ਜਾਣੀ ਪਰ ਤੈਨੂੰ ਐਂ ਨਹੀਂ ਕਿਹਾ ਸੱਤਵੇਂ ਦਿਨ ਹੋਣੀ ਹੈ ਕਿਰਪਾ ਕੀਤੀ ਚਰਨਾਂ 'ਤੇ ਢਹਿ ਪਿਆ ਹੁਣ ਪੈਰੀ ਪੈਂਦਾ ਅਤੇ ਮਹਾਂਪੁਰਖਾਂ ਨੇ ਉਹਨੂੰ ਕਿਰਪਾ ਕੀਤੀ ਅੰਮ੍ਰਿਤ ਛਕਾਇਆ ਮਹਾਰਾਜ ਕਹਿੰਦੇ ਜੀ ਦਾਨ ਦੇ ਭਗਤੀ ਲਾਇਣ ਸਭ ਦਾ ਆਪਣਾ ਆਪਣਾ ਕੰਮ ਹੈ ਪਰ ਜਿਵੇਂ ਰੱਬ ਦੇ ਪਿਆਰੇ ਜਿਨ੍ਹਾਂ ਦਾ ਜਨਮ ਦਿਨ ਬਾਬਾ ਗੁਰੂ ਦਿੱਤਾ ਜੋ ਛੇਵੇਂ ਪਾਤਸ਼ਾਹ ਜੀਆਂ ਦੇ ਸਪੁੱਤਰ ਹੋਏ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀ ਦਾਨ ਦੇ ਭਗਤੀ ਲਾਇਣ ਜਿਹੜੇ ਹੁੰਦੇ ਨੇ ਪੂਰੇ ਉਹਨਾਂ ਦੀ ਬਾਬਤ ਐਸਾ ਸੁਨਿਆਰ ਦਾ ਕੰਮ ਹੈ ਸੋਨੇ ਦਾ ਲੁਹਾਰ ਦਾ ਕੰਮ ਹੈ ਲੋਹੇ ਦਾ ਚਮਿਆਰ ਦਾ ਕੰਮ ਹੈ ਚਮੜੇ ਦਾ ਤਰਖਾਣ ਦਾ ਕੰਮ ਹੈ ਲੱਕੜ ਦਾ ਸਭ ਦੇ ਕੰਮ ਵੰਡੇ ਸਾਹਿਬ ਕਹਿੰਦੇ ਮੇਰੇ ਰਾਮ ਹਰ ਜਨ ਕੇ ਹੋਂ ਬਲ ਜਾਈ ਜਿਹੜਾ ਵੀ ਨਾਮ ਜਪੇ ਜਨ ਕੌਣ ਹੈ ਸੰਤ ਕੌਣ ਹੈ ਬ੍ਰਹਮ ਗਿਆਨੀ ਕੌਣ ਹੈ ਬਾਣੀ 'ਚ ਨਿਸ਼ਾਨੀਆਂ ਗੁਰਮੁਖ ਕੌਣ ਹੈ ਮਹਾਰਾਜ ਕਹਿੰਦੇ ਗੁਰਮੁਖ ਰੋਮ ਰੋਮ ਹਰ ਧਿਆਵੈ ਸੰਤ ਕੌਣ ਹੈ ਮਹਾਰਾਜ ਕਹਿੰਦੇ ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ ਭੇਦ ਨਾ ਜਾਣੋ ਮੂਲ ਸਾਈ ਜੇਹਿਆ ਉਹ ਰੱਬ ਦੇ ਪਿਆਰੇ ਨੇ
इस तरह ब्रह्म ज्ञानी मन साचा मुख साचा सोए अवर ना पेखै एकस बिन कोए नानक इह लक्षण ब्रह्म ज्ञानी होए। इस तरह जन दी मार्ज कहंदे उठत बैठत सोवत नाम कहो नानक जन के सदकाम। रब दे प्यारियां दा काम हुंदा है हर समय जुड़े ही रहना। जेड़े जुड़े रहंदे ने मार्ज कहंदे मेरे राम हर जन के हों बल जाई, उन्हां तो बलिहार जाइए। जेड़े नाम जपदे ने सेवा करदे ने, धन बाबा गुरदित्ता जी डरौली आप जी का जन्म होया 1613। धन धन साहिब श्री गुरु हरगोबिंद साहब महाराज सच्चे पातशाह आप जी दे पिता जी ने, माता दमोदरी आप जी दे माता जी ने। आप जी का जन्म होया 1613। सारे परिवार च खुशियां ने, हर थां ते मन चाओ भया प्रभ आगम सुनिया, हर मंगल गाओ सखी ग्रह मंदर बनिया। साढ़े घर पुत जन्म लवे, कई इत्थे कहंदे ने जी क्यों कया चंगा होया। एक चोर पैदा होवे मां नूं नहीं पता वह चोर है, पर मां उहदे जम्मे ते भी लड्डू वंडदी है। एक गुरमुखो पतत पैदा होवे मां नूं नहीं पता वह पतत है, मां उहदे जम्मे ते लड्डू वंडदी है। इत्थे रब दे प्यारे पैदा हुंदे ने, उहनां दी खुशियां मनाईआं जांदीआं, जन्म दिन मनाए जांदे ने उहनां दे। सदीवी याद संसार ते साहिब कहंदे नाम रहिओ साधु रहिओ, ਉਹ ਨਹੀਂ ਕਦੇ ਜਾਂਦੇ। ਇੱਕ ਉਹ ਨੇ ਜਿਨ੍ਹਾਂ ਨੂੰ ਜਿਉਂਦਿਆਂ ਨੂੰ ਨਹੀਂ ਕੋਈ ਪੁੱਛਦਾ, ਇੱਕ ਉਹ ਨੇ ਜਿਨ੍ਹਾਂ ਦੀ ਮਰਨ ਤੋਂ ਬਾਅਦ ਮੇਲੇ ਲੱਗਦੇ ਨੇ। ਕਿਉਂ? ਜਿਹੜੇ ਨਾਮ ਜਪਦੇ ਨੇ ਉਹ ਸਦਾ ਹੀ ਅਮਰ ਰਹਿੰਦੇ ਨੇ, ਸਦਾ ਵਾਹਿਗੁਰੂ ਦੇ ਨਾਲ ਉਹਨਾਂ ਦੀ ਬਣੀ ਰਹਿੰਦੀ ਹੈ। ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੁਨੇਹਾ ਪਹੁੰਚਿਆ ਮਹਾਰਾਜ ਜਨਮ ਹੋਇਆ, ਬਾਲਕ ਨੇ ਜਨਮ ਦਸਾਂ ਮਹੀਨਿਆਂ ਤੋਂ ਬਾਅਦ ਗੁਰਬਾਣੀ ਦੇ ਆਧਾਰ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ। ਜੰਮਿਆ ਪੂਤ ਭਗਤ ਗੋਬਿੰਦ ਕਾ, ਸੱਚੇ ਪਾਤਸ਼ਾਹ ਕਹਿੰਦੇ ਸੰਗਤਾਂ ਵਧਾਈਆਂ ਦਿੰਦੀਆਂ ਨੇ ਮਹਾਰਾਜ। ਫੁੱਲਾਂ ਤੇ ਆਈ ਹੈ ਬਹਾਰ ਜੀ ਵਧਾਈ ਹੋਵੇ, ਫੁੱਲਾਂ ਤੇ ਆਈ ਹੈ ਬਹਾਰ ਜੀ ਵਧਾਈ ਹੋਵੇ, ਵਧਾਈ ਹੋਵੇ, ਫੁੱਲਾਂ ਤੇ ਆਈ ਹੈ ਬਹਾਰ ਜੀ 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 ਵਧਾਈ ਹੋਵੇ। ਥਾਂ ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ। ਸ੍ਰੀ ਅਕਾਲ। ਜਨਮ ਹੋਇਆ ਤੇ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਥੇ ਕਈ ਸ਼ੰਕੇ ਕਰਦੇ ਨੇ, ਫਰਕ ਰੱਖਦੇ, ਪਰ ਗੁਰਮੁਖੋ ਚੇਤੇ ਰੱਖੀਏ ਵਿਧੀ ਚੰਦ ਨੂੰ ਛੇਵੇਂ ਪਾਤਸ਼ਾਹ ਬਚਨ ਕੀਤਾ ਸੀ ਵਿਧੀ ਚੰਦਾ, ਜਿਹੜਾ ਤੇਰੇ ਤੇ ਮੇਰੇ ਵਿੱਚ ਫਰਕ ਸਮਝੇਗਾ ਉਹਨੂੰ ਸਿੱਖੀ ਨਹੀਂ ਰਾਸ ਆਉਣੀ, ਉਹਨੂੰ ਸਿੱਖੀ ਨਹੀਂ ਮਿਲਣੀ। ਵਾਹਿਗੁਰੂ ਤੇ ਆਪਣੇ ਭਗਤਾਂ ਨੂੰ ਵਡਿਆਈ ਦੇ ਰਿਹਾ, ਅਸੀਂ ਭਗਤਾਂ ਨੂੰ ਨਹੀਂ ਮੰਨਦੇ। ਮਹਾਰਾਜ ਕਹਿੰਦੇ ਗੁਰ ਗੋਬਿੰਦ, ਗੋਬਿੰਦ ਗੁਰੂ ਹੈ। ਪੜੋ ਪਿਆਰ ਨਾਲ, ਗੁਰ ਗੋਬਿੰਦ, ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ, ਗੁਰ ਗੋਬਿੰਦ, ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ, ਗੁਰ ਗੋਬਿੰਦ, ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ, ਗੁਰ ਗੋਬਿੰਦ, ਗੋਬਿੰਦ ਗੁਰੂ ਹੈ ਨਾਨਕ ਭੇਦ ਨਾ
नानक भेद ना पाई गुरु गोविंद गोविंद गुरु है नानक भेद ना पाई भेद ना पाई 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 नानक भेद ना पाई बोलो पैना गुरु है नानक भेद ना पाई गुरु गोविंद गोविंद गुरु है भेद ना पाई गुरु गोविंद गोविंद गुरु है नानक भेद ना पाई गुरु गोविंद गोविंद गुरु है नानक भेद ना पाई गुरु गोविंद गोविंद गुरु है नानक भेद ना पाई गुरु गोविंद गोविंद गुरु है नानक भेद ना पाई मुंद बरोल शरीर हम देखा एक वस्त अनूप दिखाई गुरु गोविंद गोविंद गुरु है भेद ना पाई गुरु गोविंद गोविंद गुरु है आप जी दा चेहरा तकिया छेवें पातशाह ने